ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ HW8 ਮੈਕਸ ਸੀਰੀਜ਼ 8 ਵਾਚ ਦੀ ਅਨਬੋਕਸਿੰਗ ਕਰਾਂਗੇ ਜੀ। ਬਹੁਤ ਹੀ ਵਧੀਆ ਪ੍ਰੀਮੀਅਮ ਲੁੱਕ ਦੇ ਵਿੱਚ ਵਾਚ ਆਈ ਜੀ। HW ਇੱਕ ਚਾਈਨਾ ਦਾ ਆਪਣਾ ਬ੍ਰਾਂਡ ਹੈ ਜੀ। HW8 ਮੈਕਸ ਔਰ ਕਹਿੰਦੇ ਚਾਹੁੰਦੀ HW7 ਮੈਕਸ। ਹਾਲੇ ਤੱਕ ਇਹਨਾਂ ਦੇ ਦੋ ਮਾਡਲ ਆਏ ਨੇ HW ਦੇ 8 ਸੀਰੀਜ਼ ਦੇ ਵਿੱਚ ਹੈਗੇ ਜੀ। ਔਰ ਅੱਜ ਇਹਦੀ ਮੈਂ ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਦੇਵਾਂਗਾ ਜੀ, ਕਿੱਦਾਂ ਮੋਬਾਈਲ ਨਾਲ ਅਟੈਚ ਹੁੰਦੀ ਹੈ ਔਰ ਇਹਦੇ ਵਿੱਚ ਕੀ ਫੀਚਰ ਨੇ। ਆਪਾਂ ਵਾਚ ਲੈ ਕੇ ਆ ਗਏ ਜੀ। ਇਹ ਫੁੱਲ ਮੈਟਲ ਬੋਡੀ ਦੇ ਵਿੱਚ ਵਾਚ ਹੈ ਔਰ ਇਹਦੇ ਨਾਲ ਚੇਨ ਵਾਲਾ ਸਟ੍ਰੈਪ ਹੈ, ਠੀਕ ਹੈ ਜੀ। ਅਗਰ ਤੁਸੀਂ ਸਿਲੀਕੋਨ ਵਾਲ ਲੈਣਾ ਚਾਹੁੰਦੇ ਹੋ ਤਾਂ ਸਿਲੀਕੋਨ ਵੀ ਮਿਲ ਜਾਂਦਾ ਹੈ ਆਪਣੇ ਕੋਲ, ਇਹਦੇ ਨਾਲ ਚੇਨ ਵਾਲੇ ਸਟ੍ਰੈਪ ਨਾਲੇ ਅਵੇਲੇਬਲ ਹੈ ਜੀ, ਠੀਕ ਹੈ ਜੀ। ਇਹਦੇ ਫੀਚਰ ਵੀ ਤੁਹਾਨੂੰ ਸਾਰੇ ਚੈੱਕ ਕਰਾਵਾਂਗੇ। ਟੱਚ ਵੀ ਇਹਦੀ ਬਹੁਤ ਜ਼ਿਆਦਾ ਸੌਫਟ ਹੈ। ਸਭ ਤੋਂ ਬੈਸਟ ਵਾਚ ਇਹੀ ਹੈ ਜੀ ਅੱਜ ਦੀ ਡੇਟ ਦੇ ਵਿੱਚ 8 ਸੀਰੀਜ਼ ਦੇ ਨਾਲ ਨਵੀਂ ਲਾਂਚ ਹੋਈ ਹੈ। ਔਰ ਮੈਂ ਤੁਹਾਨੂੰ ਦੱਸਾਂਗਾ ਮੋਬਾਈਲ ਨਾਲ ਅਟੈਚ ਕਿੱਦਾਂ ਹੁੰਦੀ ਜੀ। ਕਾਫੀ ਲੋਕ ਇਹ ਜਾਣ ਨਹੀਂ ਪਾਉਂਦੇ ਜੀ ਅਟੈਚ ਕਿੱਦਾਂ ਹੁੰਦੀ, ਉਹਨਾਂ ਨੂੰ ਥੋੜ੍ਹੀ ਜਿਹੀ ਪਰੇਸ਼ਾਨੀ ਔਰ ਦਿੱਕਤ ਆਉਂਦੀ ਹੈ। ਅੱਜ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਵਾਚ ਬਾਰੇ ਦੱਸਾਂਗੇ ਜੀ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ, ਇਹਦੇ ਪਿੱਛੇ ਇੱਕ ਬਾਰਕੋਡ ਸਕੈਨ ਬਣਿਆ ਜੀ, ਸਕੈਨ ਐਂਡ ਡਾਊਨਲੋਡ। ਅਗਰ ਤੁਸੀਂ ਮੋਬਾਈਲ ਦੇ ਵਿੱਚ ਜਾਓਗੇ ਜੀ, ਮੇਰੇ ਕੋਲ ਆਈਫੋਨ ਵੀ ਕਰਨੀ ਆ, ਆਈਫੋਨ 'ਚ ਮੇਰੇ ਪਹਿਲਾਂ ਹੀ ਡਾਊਨਲੋਡ ਹੈ ਜੀ ਐਪ ਸਟੋਰ, ਠੀਕ ਹੈ ਜੀ। ਮੈਂ ਇਹ ਡਾਊਨਲੋਡ ਕੀਤੀ ਜੀ, ਇਹ ਵਾਲੀ ਵੀਅਰ ਫਿਟ ਪ੍ਰੋ ਐਪ ਡਾਊਨਲੋਡ ਕਰੋਗੇ ਜੀ, ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂਗਾ ਜੀ ਅਟੈਚ ਕਿਸ ਤਰ੍ਹਾਂ ਹੋਣੀ, ਠੀਕ ਹੈ ਜੀ। ਵੀਅਰ ਪ੍ਰੋ ਇਹ ਹੋ ਗਈ ਜੀ, ਓਪਨ ਕਰ ਲੈਣਾ ਜੀ ਇਹਨੂੰ ਤੁਸੀਂ, ਠੀਕ ਹੈ ਜੀ। ਦੇਖੀ ਜਾਇਓ ਲਾਈਟ ਪੈ ਰਹੀ, ਥੋੜ੍ਹੀ ਮੈਂ ਡਾਇਰੈਕਸ਼ਨ ਚੇਂਜ ਕਰਾਂਗਾ ਜੀ। ਇਹ ਇੱਥੇ ਸਹੀ ਹੈ, ਅਲਾਓ ਕਰ ਦੇਣਾ ਜੀ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਕਰਨਾ ਹੈ ਜੀ ਇੱਥੇ ਆਪਣੀ ਈਮੇਲ ਆਈਡੀ ਵਗੈਰਾ ਭਰਨੀ ਜੀ, ਮੇਰੇ ਪਹਿਲਾਂ ਹੀ ਭਰੀ ਜੀ, ਮੈਂ ਇੱਥੇ ਕਲਿੱਕ ਕਰ ਦਾਂਗਾ ਜੀ ਆਈਫੋਨ, ਠੀਕ ਹੈ ਜੀ। ਐਗਰੀ, ਸੋਰੀ ਐਗਰੀ ਮੰਗ ਲਿਆ, ਪਹਿਲਾਂ ਆਪਾਂ ਐਗਰੀ ਕਰਾਂਗੇ ਫਿਰ ਕੰਟੀਨਿਊ, ਠੀਕ ਹੈ ਜੀ। ਇਹ ਸੀ ਆ ਜਾਏਗੀ, ਠੀਕ ਹੈ ਜੀ, ਮੇਰੀ ਆ ਜੀਮੇਲ ਭਰੀ ਜੀ, ਠੀਕ ਹੈ ਜੀ। ਇਹ ਚੀਜ਼ ਬਣੀ ਆ ਜਾਏਗੀ। ਉਸ ਤੋਂ ਬਾਅਦ ਆਪਾਂ ਕਰਨਾ ਜੀ ਵਾਚ ਕਲਿੱਕ ਕਰਕੇ ਲੋਕੇਸ਼ਨ ਵਗੈਰਾ ਚੱਕਣੀ, ਠੀਕ ਹੈ ਜੀ। ਲੋਕੇਸ਼ਨ ਚੱਕ ਕੇ ਸਭ ਤੋਂ ਪਹਿਲਾਂ ਬਲੂਟੂਥ ਔਨ ਕਰਨੀ ਹੈ ਆਪਾਂ, ਬਲੂਟੂਥ ਔਨ ਹੋਏਗੀ ਅਤੇ ਵਾਚ ਕਨੈਕਟ ਹੋਏਗੀ, ਠੀਕ ਹੈ ਜੀ। ਤੁਸੀਂ ਅਲਾਓ ਕਰ ਦੇਣਾ ਜੀ, ਆਲ ਅਲਾਓ, ਠੀਕ ਹੈ ਜੀ। ਅਲਾਓ ਕਰਨ ਤੋਂ ਬਾਅਦ ਤੁਸੀਂ ਆਹ ਚੀਜ਼ ਬਣੀ ਆ ਜੀ, ਨੈਕਸਟ ਸਟੈਪ ਕਰ ਦਿੰਦੇ ਹਾਂ, ਠੀਕ ਹੈ ਜੀ। ਇਸ ਤਰ੍ਹਾਂ ਆਪਸ਼ਨ ਆਏਗੀ ਜੀ, ਆਪਾਂ ਇੱਥੇ ਜਾਣਾ ਹੈ ਡਿਵਾਈਸ 'ਤੇ, ਡਿਵਾਈਸ 'ਤੇ ਕਲਿੱਕ ਕਰਾਂਗੇ ਤਾਂ ਕਰਨਾ ਐਡ ਡਿਵਾਈਸ। ਐਡ ਡਿਵਾਈਸ ਸਰਚ ਹੋਣ ਤੋਂ ਬਾਅਦ ਇੱਥੇ ਆਏਗਾ ਕਨੈਕਟਡ HW8 ਮੈਕਸ, ਇਹਨੂੰ ਕਨੈਕਟ ਕਰਾਂਗੇ ਜੀ। ਇਹ ਪੇਅਰ ਹੋ ਜੀ, ਇਸ ਚੈੱਕ ਕਰ ਸਕਦੇ। ਪੇਅਰ ਕਰਨ ਤੋਂ ਬਾਅਦ ਅਲਾਓ ਕਰ ਦੇਣਾ, ਠੀਕ ਹੈ ਜੀ, ਓਕੇ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ, ਅਗਰ ਇਹਦਾ ਆਪਾਂ ਟਾਈਮ ਵਗੈਰਾ ਸੈੱਟ ਕਰਨਾ ਜਾਂ ਫੋਟੋ ਵਾਲਾ ਵਾਲਪੇਪਰ, ਅਗਰ ਆਪਾਂ ਇਹਦੇ 'ਤੇ ਟਾਈਮ ਵਗੈਰਾ ਸੈੱਟ ਕਰਨਾ ਹੋਏ ਜਾਂ ਆਪਾਂ ਆਪਣੀ ਫੋਟੋ ਵਾਲਾ ਵਾਲਪੇਪਰ ਲਗਾਉਣਾ, ਤਾਂ ਜਾਵਾਂਗੇ ਆਲ ਡਾਇਲ, ਆਲ ਡਾਇਲ ਤੋਂ ਜਾ ਕੇ ਇੱਥੇ ਨਾ ਜਿੰਨੇ ਵੀ ਆ ਰਹੇ ਨੇ ਪੇਡ ਆ ਰਹੇ ਨੇ, ਸਭ ਤੋਂ ਨੀਚੇ ਜਾਵਾਂਗੇ, ਸਭ ਤੋਂ ਨੀਚੇ ਜਾਵਾਂਗੇ ਤਾਂ ਜੀ ਇੱਥੇ ਲਿਖਿਆ ਆ ਜਾਏਗਾ ਕਸਟਮ ਐਡਿਟ ਟਾਈਮ ਔਰ ਆਪਣੀ ਫੋਟੋ ਵਾਲਾ ਵਾਲਪੇਪਰ। ਆਪਾਂ ਇਹਦੇ 'ਤੇ ਕਲਿੱਕ ਕਰਾਂਗੇ ਜੀ, ਪਲੱਸ ਫੋਟੋ ਸਿਲੈਕਟ ਕਰ ਲਾਂਗੇ ਜਿਹੜੀ ਵੀ ਆਪਾਂ ਫੋਟੋ ਲਗਾਉਣੀ। ਮੈਂ ਇੱਥੇ ਆਪਣੀ ਫੋਟੋ ਚੂਜ਼ ਕਰ ਰਿਹਾ ਜੀ, ਠੀਕ ਹੈ। ਮੰਨ ਕੇ ਚੱਲੋ ਆਪਾਂ ਇੱਥੇ ਕੋਈ ਵੀ ਫੋਟੋ ਤੁਸੀਂ ਆਪਣੀ ਗੈਲਰੀ ਵਿੱਚ ਚੂਜ਼ ਕਰ ਸਕਦੇ ਹੋ, ਠੀਕ ਹੈ ਜੀ। ਮੈਂ ਇਹ ਫੋਟੋ ਸਿਲੈਕਟ ਕਰ ਰਿਹਾ ਜੀ, ਮੈਂ ਇਹ ਵਾਲਾ ਵਾਲਪੇਪਰ ਲਗਾਉਣਾ ਚਾਹੁੰਦਾ। ਆਪਾਂ ਇੱਥੇ ਸੈਟਿੰਗ ਕਰਕੇ ਡਨ ਕਰ ਦਿੰਦੇ, ਡਨ ਕਰਨ ਤੋਂ ਬਾਅਦ ਇੰਸਟੋਲ ਕਰ ਦਿੰਦੇ। ਇਸ ਤਰ੍ਹਾਂ ਆਪਸ਼ਨ ਆ ਗਈ, ਤੁਸੀਂ ਚੈੱਕ ਕਰ ਸਕਦੇ। ਇੱਕ ਦੋ ਮਿੰਟ ਲੱਗਣਗੇ ਜੀ, ਇੱਥੇ ਤੁਹਾਡੀ ਫੋਟੋ ਵਾਲਾ ਵਾਲਪੇਪਰ ਲੱਗਿਆ ਆ ਜਾਏਗਾ। ਦੋ ਚਾਰ ਮਿੰਟ ਆਪਾਂ ਨੂੰ ਵੇਟ ਕਰਨੀ ਪਏਗੀ, ਪਰਸੈਂਟੇਜ ਪੂਰੀ ਹੋਈ ਤਾਂ ਆਪਣੀ ਫੋਟੋ ਵਾਲਾ ਵਾਲਪੇਪਰ ਲੱਗ, ਤੁਸੀਂ ਚੈੱਕ ਕਰ ਸਕਦੇ ਆਪਣੀ ਫੋਟੋ ਜਿਹੜੀ ਆਪਾਂ ਸਿਲੈਕਟ ਕੀਤੀ ਸੀ ਜੀ ਉਹ ਲੱਗ ਗਈ, ਠੀਕ ਹੈ ਜੀ।
उस बार अगर आप कॉलिंग कनैक्ट करनी जी वह भी थोड़ा मैं दस रहा जी इतों उपरों करोगे इतने लिखा आ जाएगा आ वाली ऑप्शन म्यूजिक तो ब्लूटूथ इन क्लिक करा इस तो बाद ब्लूटूथ अपन ऑन ही करनी पेगी सैटिंग च जाके ब्लूटूथ AHW 8 Max ये अपने आप कनैक्ट हो जाएगी जो वॉच कॉलिंग वास्ते अपन वॉच कॉलिंग भी कनैक्ट करनी पेगी और HW 8 Max ये दोनों चीज़ें कनैक्ट होनी चाहिए कॉलिंग वास्ते हूँ मैं कॉलिंग कराँगा जी तुम चैक कर सकते हो नाम भी आएगा किसी वॉच से ना नाम नहीं आता पर इस वॉच से नाम ही आएगा और आप स्लाइड करके चक भी सकते तुम चैक कर सकते हो कॉलिंग भी होती है आप सारी कॉलिंग वगैरह अटैच करनी सारी दस दी शॉर्टकट के और मैं हूँ इन तुम प्राइस बारे दसाँगा और इनकी क्वालिटी बारे दसाँगा जी क्वालिटी इनकी फुल डिस्प्ले और वायरलैस चार्जिंग 128 MB इनकी रैम है जी हार्ट रेट मोमेंटिंग भी इन अवेलेबल है जी और इन तुम तीन कलर अवेलेबल मिल जाएंगे पिंक सिल्वर और ब्लैक कलर अगर चेन वाला स्ट्रैप लेना तो 2500 रुपये के अगर सिलीकोन लेना 2400 रुपये साढ़े को मोबाइल प्लाजा तो अवेलेबल है तुम साढ़े व्हाट्सएप नीचे नंबर लिखा तुम ऑर्डर कर सकते हो और इन्हें को काफ़ी वरायटियां ने वाच भी है इनके तो इलावा साढ़े को 40 तरह की वाच है जी तुम व्हाट्सएप से ऑर्डर करो और साड़ी खास लोगों को अपील है जी सू साढ़े को कैश ऑन डिलीवरी बिल्कुल नहीं है तुम पेमेंट करोगे असी तुम कोरियर करा देंगे और तुम स्लिप सेंड कर देंगे और अपनी दुकान की स्लिप भी भेज देंगे और ट्रैक ऑन ID भी तुम ट्रैकिंग नंबर भी भेज देंगे COD ਸਾਡੇ ਕੋਲ ਬਿਲਕੁਲ ਅਵੇਲੇਬਲ ਨਹੀਂ ਹੈ ਔਰ ਇੱਕ ਰਿਕੁਐਸਟ ਹੈ ਜਿਹੜੀ ਵੀ ਪਰਸਨ ਕੋਲ ਵਾਚ ਜਾਂਦੀ ਹੈ ਨਾ ਜੀ ਜਦੋਂ ਤੁਹਾਡੇ ਕੋਲੇ ਵਾਚ ਪਹੁੰਚਦੀ ਹੈ ਤੁਸੀਂ ਇਹਦੀ ਵੀਡੀਓ ਬਣਾ ਕੇ ਹੀ ਇਹਨੂੰ ਓਪਨ ਕਰਿਆ ਕਰੋ ਵਿਦਆਊਟ ਵੀਡੀਓ ਬਣਾ ਕੇ ਓਪਨ ਕਰੋਗੇ ਜੀ ਤਾਂ ਅਸੀਂ ਚੇਂਜ ਨਹੀਂ ਕਰਕੇ ਦੇ ਸਕਦੇ 15 ਤੋਂ 20 ਦਿਨ ਦੇ ਵਿੱਚ ਇਹਨੂੰ ਕੋਈ ਦਿੱਕਤ ਆਉਂਦੀ ਤਾਂ ਪੀਸ ਚੇਂਜ ਹੋ ਜਾਏਗਾ ਜੀ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਨਵੀਂ ਵੀਡੀਓ ਲੈ ਕੇ ਮੋਬਾਈਲ ਪਲਾਜ਼ਾ ਮੰਨੇਵਾਲਾ ਰੋਡ ਜਲਾਲਾਬਾਦ ਤੋਂ